ਜ਼ਿੰਮੇਵਾਰੀ ਕੀ ਜ਼ਿੰਮੇਵਾਰੀ ਆ ਬਾਈ ਜ਼ਿੰਮੇਵਾਰੀ ਤੂੰ ਟਰੱਕ ਕਿਵੇਂ ਲਗਾ ਸਕਦਾ? ਪੁੱਛ ਕੇ ਚੱਲ ਫਿਰ ਲਗਾ ਤੂੰ ਲਗਾ ਹੁਣ ਲਾ ਗੱਡੀ ਲਗਾ ਲਗਾ ਤੂੰ ਪੁਲਿਸ ਜੀ ਰਹਿੰਦੇ ਅਸੀਂ ਸਾਰੀ ਦਿਹਾੜੀ ਇਹੀ ਕੰਮ ਹੀ ਕਰਦੇ ਹਾਂ ਪਰਚਾ ਦਿਓ ਮੇਰੇ ਤੇ ਮੈਨੂੰ ਅੰਦਰ ਕਰੋ ਮਲਕੀਤ ਸਿੰਘ ਜੀ ਸਾਨੂੰ 13 ਤਰੀਕ ਤੋਂ ਅਸੀਂ ਉੱਥੇ ਬੈਠੇ ਹਾਂ 6 ਮਹੀਨੇ ਹੋ ਗਏ ਸਾਨੂੰ ਤੁਹਾਡੇ ਵਰਗੇ ਬੜੇ ਵੱਡੇ ਵੱਡੇ ਸਾਡੇ ਕੋਲੇ ਅਫਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਹਰੇ ਨਹੀਂ ਲੱਗਦੇ ਹੁੰਦੇ ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਐਤਕਾਰ ਕਰੋਗੇ ਡੀਸੀ ਨਾਲ ਗੱਲ ਜਾ ਕੇ ਵੀ ਡੀਸੀ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਧਰਨਾ ਲਾਉਣ ਨੂੰ ਤੁਸੀਂ ਫੋਰਸ ਕਰਦੇ ਹੋ ਸਾਨੂੰ ਸਾਡੀ ਨਹੀਂ ਸੁਣੀ ਜਾਓ ਟੇਬਲ ਟਾਕ ਗੱਲ ਹੋਵੇਗੀ ਟੇਬਲ ਟਾਕ ਗੱਲ ਹੋਵੇਗੀ ਭਾਉ ਟੇਬਲ ਟਾਕ ਗੱਲ ਕਰਨੀ ਫੋਰਸ ਕਰੂਗਾ ਨਾ ਕਿਸੇ ਨੇ ਕੀਤਾ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਭਰੋਗੇ ਤੁਸੀਂ ਦਿਓ ਲਿਖ ਕੇ ਸਾਨੂੰ ਹਾਂ ਦਿਓ ਸਾਡਾ ਬੱਚਾ ਮਰ ਗਿਆ ਜਵਾਨੀ ਕਲਾਮੀ ਕਹਿਤਾ ਵੀ ਤੁਸੀਂ ਚੱਲਣ ਦਿਓ ਚੱਲਣਗੇ ਸਾਨੂੰ ਤੁਸੀਂ ਦਿਓ ਲਿਖ ਕੇ ਦਿਓ ਮੰਤਰੀ ਜੀ ਤੁਸੀਂ ਸਾਡੇ ਅਫਸਰ ਲਿਖ ਕੇ ਦਵਾਓ ਸਾਨੂੰ ਸਾਡਾ ਕੱਲ ਨੂੰ ਬੱਚਾ ਮਰ ਗਿਆ ਮਲਕੀਤ ਸਿੰਘ ਜੀ ਠੇਕੇਦਾਰ ਨਾਲ ਤੁਹਾਡਾ ਰੌਲਾ ਤੁਹਾਡੀ ਟੇਬਲ ਟਾਕ ਗੱਲ ਕਰਾਉਣੇ ਉਹਦੇ ਨਾਲ ਗੱਲ ਕਰਕੇ ਖੁਸ਼ ਨਹੀਂ ਜੋ ਮਲਕੀਤ ਸਿੰਘ ਥਾਣੇਦਾਰ ਨਾਲ ਗੱਲ ਕਰਨ ਨੂੰ ਖੁਸ਼ ਹੋ ਹਾਂ ਉਹ 10 ਵਾਰ ਸਾਰੇ ਇਹਨਾਂ ਨੂੰ ਸੱਦਿਆ ਪਰ ਅਗਲੇ ਗੱਲ ਹਰ ਇੱਕ ਗੱਲ ਦਾ ਮਸਲਾ ਹੱਲ ਹੋ ਜਾਂਦਾ 8 ਮਹੀਨੇ ਹੋ ਗਏ ਨਾ ਤਰਪੈਲ ਪਾ ਕੇ ਨਹੀਂ ਲਿਆਂਦੇ ਹੁਣ ਤੁਹਾਡੇ ਸਾਹਮਣੇ ਖੜੀ ਨਾ ਗੱਡੀ ਮੇਰੀ ਸੁਣ ਲੋ ਅਸੀਂ ਮੰਨਦੇ ਹਾਂ ਗੱਲ ਬੈਂਕੀ ਹੋਣੀ ਹੈ ਡਾਇਲੋਗ ਨੇ ਗੱਲ ਮੁੱਕੀ ਠੀਕ ਹੈ ਗੱਲ ਪਰ ਇੱਥੇ ਨੁਕਸਾਨ ਹੁੰਦਾ ਲੈਂਕ ਰੋਡ ਤੇ ਨੁਕਸਾਨ ਹੁੰਦਾ ਬਾਕੀ ਤੁਸੀਂ ਬਾਈ ਜੀ ਇਹਨਾਂ ਨੂੰ ਤਿੰਨਾਂ ਨੂੰ ਟਿਕਾਓ ਠੀਕ ਹੈ ਗੱਲ ਜਦੋਂ ਖੜੇ ਆ ਸਾਹਿਬ ਮੇਰੀ ਸੁਣ ਲੋ ਗੱਲ ਕੋਈ ਜ਼ਿਮੀਂਦਾਰ ਇੱਥੇ ਦੀ ਗੱਲ ਹੀ ਹੁੰਦਾ ਹੋਵੇ ਪੱਲਣ ਨਾ ਹੋਵੇ 50,000 ਦਾ ਚਲਾਣਾ ਤੇ ਪੱਲ ਅੰਦਰ ਤੋਂ ਮੇਰੇ ਕੋਲ ਵੀਡੀਓ ਬਣਾ ਕੇ ਲੈਣਾ ਉਹ ਤੋਂ ਆਉਂਦਾ ਮੈਨੂੰ ਕੋਈ ਪਾਣੀ ਨੀ ਛਿੜਕਦੇ ਖੇਤੋਂ ਭੱਜਿਆ ਮੈਂ ਕਿਹਾ ਵੀ ਆਪਣੇ ਬੰਦੇ ਆ ਚੱਲ ਮੈਂ ਖੇਤੋਂ ਖੜੇ ਜਿਹੜੀ ਵੀ ਹੈ ਸਮੱਸਿਆ ਹੈ ਬਲਜੀਤ ਨੂੰ ਪਤਾ ਰਾਜੂ ਨੂੰ ਵੀ ਪਤਾ ਰਾਜੂ ਕਿਉਂ ਨੀ ਆਇਆ ਇੱਥੇ ਕਿਉਂਕਿ ਰਾਜੂ ਚੋਰ ਸੀ
ਸਾਡੀ ਕੰਪਨੀ ਦੇ ਮੁਲਾਜ਼ਮ ਜਿਹੜੇ ਆ ਉਹ ਗਲਤਾਂ ਕਿੱਥੇ ਹੈ? ਠੀਕ ਹੈ ਜੀ, ਉਸ ਟਾਈਮ ਵੀ ਮੈਨੇ ਦੋ ਤਿੰਨ ਚੀਜ਼ਾਂ ਮੈਨੂੰ ਤੁਹਾਨੂੰ ਕਿਹਾ ਸੀ, ਦੋ ਤਿੰਨ ਚੀਜ਼ਾਂ ਮੈਨੇ ਵਾਚ ਕੀਤੀ ਸੀ ਤੁਹਾਡੀ। ਠੀਕ ਹੈ, ਆਪਾਂ ਬਹਿ ਜਾਂਦੇ ਹਾਂ, ਬਹਿ ਕੇ ਬੇਖ ਜੋ ਵੀ ਗੱਲ ਹੈ ਉਹ ਆਪਾਂ ਜੀ ਵੇਖ ਕੇ ਕਰਾਂਗੇ। ਜਿਹੜੀ ਪਹਿਲਾਂ ਕੋਈ ਹੋਈ ਹੈ ਉਹਦਾ ਜੀ ਉਸ ਤੇ ਅੰਦ ਵਾਚ ਆਉਣੀ ਹੋਊਗਾ। ਕੱਲ ਨੂੰ ਮੀਟਿੰਗ ਹੈ ਆਪਣੀ, ਨਹੀਂ ਨਹੀਂ ਕੱਲ ਨੂੰ 15 ਤਰੀਕ ਤੋਂ ਬਾਅਦ ਆ ਕੰਮ ਕਰਨਾ ਟਾਈਟਰ ਮਾਰ ਚ। ਯਾਰ ਮੇਰੀ ਗੱਲ ਸੁਣ, ਮੀਟਿੰਗ ਦਾ ਪਿੰਡ ਵਾਲੇ ਕਰ ਲੈਣਗੇ ਜਾ ਕੇ, ਕਰ ਲੋਗੇ ਤੁਸੀਂ ਤਾਂ ਕਰ ਲਿਓ, ਕਿਉਂ ਮੈਂ ਤਾਂ ਪਿੰਡਾਂ ਜਾਣਾ। ਠੀਕ ਹੈ ਨਾ, ਕੱਲ ਨੂੰ ਮੀਟਿੰਗ ਕਰਕੇ ਪਿੰਡਾਂ ਜਾਣਾ ਸਾਰਿਆਂ ਨੇ ਟਰੈਕਟਰ ਬਾਹਰ ਚ ਆਪਣਾ। ਅਸੀਂ ਗਏ ਅੱਗੇ ਲਖਵਿੰਦਰ ਸਿੰਘ, ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਵਰ ਫਾਜ਼ਿਲਕਾ। ਕੀ ਸਮੱਸਿਆ ਕੀ ਹੈ? ਸਮੱਸਿਆ ਇਹ ਹੈ ਜੀ, ਸਾਡੇ ਇੱਥੇ ਜ਼ਿਮੀਂਦਾਰ ਹੈ ਪਿੰਡ ਦੇ ਵਿੱਚ, ਜਥੇਬੰਦੀ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਆ। ਇਹਨਾਂ ਨੂੰ ਪਿਛਲੇ ਦਿਨਾਂ ਤੋਂ ਕਾਫੀ ਸਮੱਸਿਆ ਆ ਰਹੀ ਹੈ। ਇੱਥੇ ਇਹਨਾਂ ਦੇ ਬੱਚੇ ਛੋਟੇ ਛੋਟੇ ਪੜ੍ਹਦੇ ਆ, ਇਹ ਟਿੱਪ ਟਰਦੇ ਆ ਬਹੁਤ ਜ਼ਿਆਦਾ ਮਿੱਟੀ ਦੇ ਭਰੇ ਹੋਏ, ਕੋਈ ਇਹਨਾਂ ਦੇ ਉੱਪਰ ਪਾਣੀ ਨਹੀਂ ਛਿੜਕਦੇ, ਨਾ ਕੋਈ ਤਰਪਾਲ ਪਾਉਂਦੇ ਆ। ਜੇ ਆਮ ਬੰਦਾ ਕੋਈ ਟਰਾਲੀ ਵੀ ਮਿੱਟੀ ਦੀ ਲਿਆਉਂਦਾ ਹੋਵੇ ਉਹਨੂੰ ਫੜ ਕੇ ਥਾਣੇਦਾਰ ਜਿਹੜਾ ਥਾਣੇ 'ਚ ਬੰਦ ਕਰ ਦਿੰਦੇ ਆ। ਅਤੇ ਇੱਥੇ ਕੀ ਹੋਇਆ ਅੱਜ, ਇਹ ਥਾਣੇਦਾਰ ਆ ਸਾਡੇ ਮਲਕੀਤ ਸਿੰਘ ਸਦਰ ਫਾਜ਼ਿਲਕਾ ਤੋਂ, ਇਹਨਾਂ ਨੇ ਅੱਗੇ ਗੱਡੀ ਲਾ ਕੇ ਆਪਦੀ, ਇਹਨਾਂ ਨੂੰ ਮਤਲਬ ਸਕੋਟ ਕਰਦੇ ਹੋਏ ਅੱਗੇ ਗੱਡੀ ਲਾ ਕੇ ਜਿਹੜੇ ਟਿੱਪਰ ਟਪਾਏ ਅਤੇ ਇਹਨਾਂ ਨੂੰ ਦਬਕਾਇਆ ਆਪਣੇ ਬੰਦਿਆਂ ਨੂੰ। ਫਿਰ ਜਦੋਂ ਸਾਡੇ ਧਿਆਨ 'ਚ ਗੱਲ ਆਈ, ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਜਿਹੜਾ ਰੋਡ ਰੋਕੋ, ਜਿਹੜੀ ਆਪਣੀ ਸੁਣਵਾਈ ਹੈ ਉਹ ਧਰਨਾ ਲਾ ਕੇ ਰੋਡ 'ਤੇ ਬਹਿ ਕੇ ਹੀ ਹੋਣੀ ਹੈ, ਅਤੇ ਅਸੀਂ ਜਿਹੜਾ ਰੋਡ ਰੋਕਤਾ ਅਸੀਂ ਆ ਗਏ ਇੱਥੇ, ਹੁਣ ਪ੍ਰਸ਼ਾਸਨ ਆਉਂਦਾ। ਜਿਹੜੀ ਇੱਧਰ ਦੀ ਲਿੰਕ ਰੋਡ ਦੇ ਉੱਪਰ ਦੀ ਟਿੱਪਰ ਆ ਰਹੇ ਆ, ਇਹ ਜਾਨੀ ਮਾਨ ਦੀ ਨੁਕਸਾਨ ਵੀ ਹੋ ਸਕਦਾ ਸਾਡਾ, ਬੱਚੇ ਆ ਛੋਟੇ ਛੋਟੇ ਜਿਹੜੇ ਸੜਕ ਦੇ ਉੱਪਰ ਹੈ, ਪਿੰਡਾਂ ਦੇ ਵਿੱਚ ਦੀ ਜਿਹੜੀ ਵਿਸ਼ਾਲ ਦੀ ਸੜਕ ਲੰਘਦੀ ਹੈ, ਅਤੇ ਇਹਨਾਂ ਨੂੰ ਜਿਹੜੀ ਸੜਕ ਪੈਂਦੀ ਹੈ 18 ਫੁੱਟੀ ਸੜਕ ਹੈਗੀ ਆ ਸ਼ਹਿਰ ਦੇ ਵੇਚਦੀ ਉਰਲੇ ਪਾਸੇ ਦੀ, ਉੱਧਰ ਦੀ ਪੈਂਚਾਂ ਵਾਲੀ ਵੇਚਦੀ, ਉਹ ਸੜਕ ਦੇ ਉੱਤੋਂ ਦੀ ਟਿੱਪਰ ਲਿਆਉਣ ਕੋਈ ਚੱਕਰ ਨਹੀਂ। ਜਿਹੜਾ ਇੱਧਰ ਦੀ ਸੜਕ ਤੋਂ ਟਿੱਪਰ ਅਸੀਂ ਬਿਲਕੁਲ ਨਹੀਂ ਚੱਲਣ ਦਿਆ। ਕਿਉਂ ਲਿਆ ਰਹੇ ਨੇ ਜੀ ਇੱਧਰੋਂ? ਇਹਨਾਂ ਨੂੰ ਨੇੜੇ ਪੈਂਦਾ ਜਾਂ ਕੀ ਕਾਰਨਾਂ ਕਰਕੇ ਇੱਧਰ ਦੀ ਟਿੱਪਰ ਲੰਘ ਰਹੇ? ਇਹ ਨਹੀਂ ਪਤਾ ਜੀ ਨੇੜੇ ਪੈਂਦਾ ਕੀ ਹੈ ਕਾਰਨ, ਕੁਛ ਮੇਰੇ ਹਿਸਾਬ ਨਾਲ ਕੋਈ 1-2 ਕਿਲੋਮੀਟਰ ਨੇੜੇ ਪੈਂਦਾ ਹੋਊ, ਪਰ ਜਦੋਂ ਠੇਕੇਦਾਰੀ ਚੱਕਦਾ ਜਾਂ ਕਰਦਾ ਟੈਂਡਰ ਚੱਕਦਾ, ਉਦੋਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਪਿੰਡਾਂ ਦੇ ਵਿੱਚ ਦੀ ਕਿਵੇਂ ਟਿੱਪਰ ਲੰਘਣਗੇ ਅਤੇ ਕਿਵੇਂ ਲੰਘਣ ਦੇਣਗੇ ਲੋਕ। ਇਹ ਆ ਕਿੱਥੋਂ ਰਹੀ ਹੈ ਮਿੱਟੀ ਜੀ? ਇਹ ਖਿਓ ਵਾਲੇ ਤੋਂ, ਕਹਿੰਦੀ ਜੋੜ ਕੀ ਤੋਂ, ਇੱਥੇ ਪਾਸੇ ਜੀ ਟਿੱਬਿਆਂ ਤੋਂ ਮਿੱਟੀ ਲੈ ਕੇ ਆਉਂਦੇ ਆ, ਅਤੇ ਪਿੰਡਾਂ ਦੇ ਵਿੱਚ ਦੀ ਲੈ ਕੇ ਆਉਂਦੇ, ਜਿਹੜੀ ਪਿੰਡਾਂ ਦੇ ਵਿੱਚ ਦੀ ਬਿਲਕੁਲ ਮਿੱਟੀ ਲਿਆਉਂਦਾ ਹੱਕ ਨਹੀਂ। ਜਾ ਕਿੱਥੇ ਰਹੀ ਹੈ, ਲੱਗ ਕਿੱਥੇ ਰਹੀ? ਇਹ ਜੀ ਬਣ ਰਿਹਾ ਬਾਈਪਾਸ, ਭਾਰਤਮਾਲਾ ਜਿਹੜੇ ਬਣ ਰਿਹਾ ਬਾਈਪਾਸ, ਉਹਦੇ ਉੱਪਰ ਮਿੱਟੀ ਜਿਹੜੀ ਪੈ ਰਹੀ ਹੈ। ਹੁਣ ਤੱਕ ਕੀ ਨੁਕਸਾਨ ਕੀ ਹੋ ਚੁੱਕਿਆ? ਨੁਕਸਾਨ ਜ਼ਿਮੀਂਦਾਰਾਂ ਦੀਆਂ ਨਾਲ ਫਸਲਾਂ, ਉਹਨਾਂ ਦਾ ਵੀ ਨੁਕਸਾਨ ਹੈ, ਮਿੱਟੀ ਪੈਂਦੀ ਹੈ, ਜਿਹੜੀਆਂ ਸੜਕ ਹੈ ਜਿਹੜੀ ਬਿਲਕੁਲ ਉਹ ਬਹਿ ਚੁੱਕੀ ਹੈ, ਦੇਖੋ ਕਿੱਡੇ ਕਿੱਡੇ ਜਿਹੜੇ ਖੱਡੇ ਆ ਉਹ ਹੈ, ਜਿਹੜੀਆਂ ਇਹ ਸੜਕ ਦੇ ਵਿੱਚ ਦੀ ਛੋਟੀਆਂ ਪੁਲੀਆਂ ਲੰਘੀਆਂ ਹੋਈਆਂ, ਪਾਣੀ ਲੱਗਦਾ ਜ਼ਿਮੀਂਦਾਰਾਂ ਨੂੰ, ਉਹ ਵੀ ਟੁੱਟਦੀਆਂ ਬਹਿੰਦੀਆਂ, ਔਰ ਜ਼ਿਮੀਂਦਾਰਾਂ ਦਾ ਪਾਣੀ ਵੀ ਖਰਾਬ ਹੁੰਦਾ। ਹੁਣ ਡਿਮਾਂਡ ਕੀ ਹੈ ਜੀ? ਡਿਮਾਂਡ ਇਹ ਹੈ ਜੀ, ਜਿਹੜਾ ਇੱਥੋਂ ਦੀ ਅਸੀਂ ਬਿਲਕੁਲ ਡੇਰੇ ਟਿੱਪਰ ਨਹੀਂ ਲੰਘਣ ਦੇਣੇ, ਜੋ ਹੋਊਗਾ ਠੀਕ ਹੈ, ਅਸੀਂ ਪ੍ਰਸ਼ਾਸਨ ਨਾਲ ਮਤਲਬ ਸੜਕ 'ਤੇ ਬੈਠੇ ਹਾਂ, ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਲਿਜਾਣਾ, ਅੰਦਰ ਦੇਣਾ, ਪਰਚਾ ਕਰਨਾ, ਉਹ ਪ੍ਰਸ਼ਾਸਨ ਦੀ ਮਰਜ਼ੀ ਹੈ, ਅਸੀਂ ਜਿਹੜਾ ਆਪਦਾ ਕੰਮ ਹੈ ਸੜਕ 'ਤੇ ਬਹਿ ਕੇ ਜਾਰੀ ਰੱਖਾਂਗੇ। ਗੱਲਬਾਤ ਹੋਈ ਹੈ ਕੋਈ ਪ੍ਰਸ਼ਾਸਨ? ਦੇਖੋ ਗੱਲ ਹੁਣ ਪ੍ਰਸ਼ਾਸਨ ਆਇਆ, ਗੱਲਬਾਤ ਕਰਦੇ ਹਾਂ, ਅਤੇ ਅਸੀਂ ਜਿਹੜਾ ਆਪਦੇ ਜਿਹੜੇ ਸਾਡੇ ਆਪਣੇ ਪ੍ਰਧਾਨ ਹੈਗੇ ਆ ਪੰਜਾਬ ਦੇ ਸਰਦਾਰ ਡੱਲੇਵਾਲ ਸਾਹਿਬ, ਉਹਨਾਂ ਦੇ ਧਿਆਨ 'ਚ ਵੀ ਲਿਆ ਦਿੰਦੇ ਹਾਂ, ਅਤੇ ਜਿਵੇਂ ਹੋਊਗਾ ਫਿਰ ਉਸੇ ਤਰ੍ਹਾਂ ਧਰਨਾ ਚਲਾਵਾਂਗੇ। ਠੀਕ ਹੈ। ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ, ਸਦਾ ਟਿੱਪਰਾਂ ਦਾ ਹੀ ਹੈ ਜੀ, ਸੜਕਾਂ ਸਾਰੀਆਂ ਟੁੱਟ ਗਈਆਂ, ਆਪਣਾ ਪੁਲੀਆਂ ਟੁੱਟ ਗਈਆਂ, ਦੋ ਵਾਰੀ ਸਾਡੇ ਨਾਲ ਵਾਅਦਾ ਕਰਕੇ ਗਏ ਵੀ ਅਸੀਂ ਪੁਲੀਆਂ ਪਾ ਕੇ ਚਲਾ ਲਾਂਗੇ ਜੀ, ਉਹ ਵੀ ਕੰਮ ਵਿੱਚ ਛੱਡ ਕੇ ਉਹਨਾਂ ਧੱਕਾ ਸ਼ਾਹੀ ਕਰਕੇ ਫਿਰ ਚਲਾ ਲਏ, ਫਿਰ ਅਗਲੇ ਪਿੰਡ ਦਾ ਰੌਲਾ ਪੈ ਗਿਆ ਤੁਰਕਾਂ ਦਾ ਜੀ, ਉਹਨਾਂ ਨੇ ਰੋਕੇ, ਉਦੋਂ ਬਾਅਦ ਫਿਰ ਅਸੀਂ ਬੰਦ ਕਰਤੇ, ਹੁਣ ਇਹ ਧੱਕਾ ਕਰ ਰਹੇ ਆ ਵੀ ਅਸੀਂ ਚਲਾਉਣੇ ਚਲਾਉਣੇ ਆ। ਸਾਡੇ ਦੋ ਪਿੰਡਾਂ ਅਸੀਂ ਆਖਿਆ ਵੀ ਜਿਹਨਾਂ ਜੇ ਸਾਡਾ ਕੋਈ ਨੁਕਸਾਨ ਹੁੰਦਾ
ਉਹ ਜਵਾਕ ਅੱਗੇ ਸਾਡੇ ਆਇਆ, ਇੱਕ ਸਾਈਕਲ ਦੇਤਾ ਥੱਲੇ ਨੇ ਮਿਹਦੀ ਦਿੱਤਾ ਫੜ ਕੇ, ਉਹ ਤਾਂ ਮੁੰਡੇ ਦੀ ਕਿਸਮ ਤੇਜ਼ ਸੀ ਜਿਹੜਾ ਵੀ ਛੱਡ ਕੇ ਇਹਦੇ ਪਾਸੇ ਭੱਜ ਗਿਆ ਸਾਈਕਲ ਮਾਰਤਾ ਉਹਨੇ। ਛੋਟੀਆਂ ਸੜਕਾਂ ਹੁਣ ਤੁਸੀਂ ਆਹ ਵੇਖੋ, ਇਹ ਸੈਂਟਰ ਚ ਜਾਂਦੇ ਆ ਤੇ ਸਾਈਡਾਂ ਦੋਵੇਂ ਬੈਠੀਆਂ ਪਈਆਂ ਤੇ ਬੰਦਾ ਇੱਥੋਂ ਚੱਲੂਗਾ 2 ਕਿਲੋਮੀਟਰ ਮਗਰ ਤੁਰਿਆ ਜਾਂਦਾ, 1 ਕਿਲੋਮੀਟਰ ਉਧਰ ਮਗਰ ਤੁਰਿਆ ਹੁੰਦਾ, ਰੇਤਾ ਅੱਖਾਂ ਚ ਪਾਉਂਦੇ ਜਾਂਦੇ ਆ ਰੇਖਦੇ। ਸਾਡਾ ਹੁਣ ਸਕੂਲ ਆ ਚੁਆੜੇ ਵਾਲੀ, ਬੱਚੇ ਸਾਡੇ ਸਾਰੇ ਉੱਥੇ ਜਾਂਦੇ ਪੜ੍ਹਨ ਜੀ। ਤੁਸੀਂ ਜਗ੍ਹਾ ਵੇਖ ਲਓ, ਇਹ ਵੇਖ ਲੈਣ ਜਾ ਕੇ ਮੌਕਾ ਵੀ ਥਾਂ ਹੈਗਾ ਸਾਈਕਲਾਂ ਲੰਘਣ ਨੂੰ ਨਾਲ। ਜੇ ਸਾਡਾ ਕੋਈ ਜਵਾਕ ਮੰਨ ਲਓ ਥੱਲੇ ਆਉਂਦਾ ਗੱਡੀ ਦੇ ਦੇਦਾ ਇਹਨਾਂ ਨੇ, ਜ਼ਿੰਮੇਦਾਰ ਸਾਨੂੰ ਲਿਖ ਕੇ ਦੇ ਦੇ ਮਲਕੀਤ ਸਿੰਘ ਜੇ ਟਪਾ ਲੈਣ। ਨਹੀਂ ਕਿਹੜੇ ਪਿੰਡ, ਹੁਣ ਪਿੰਡ ਦੇ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਤੁਰਕਾਂ ਤੇ ਜੋੜ ਕੇ? ਹਬੁੰਨ ਵੀ ਹੈਗਾ, ਉਹ ਚਲੋ ਅਜੇ ਬੰਦੇ ਪਹੁੰਚੇ ਨੀ ਅੱਗੇ ਸਾਣੇ, ਜਦੋਂ ਸਾਡਾ ਫੈਸਲਾ ਹੋਇਆ ਅਸੀਂ ਗਏ ਫੈਸਲਾ ਕਰਨ ਨਾਲ, ਜੋ ਆਪਣਾ ਹਬੁੰਨ ਪਿੰਡ ਵੀ ਪਹੁੰਚਿਆ ਸਾਰਾ। ਇਹ ਕੰਮ ਚੱਲ ਕਿੱਥੇ ਰਿਹਾ ਜੀ ਜਿਹੜਾ ਟਿੱਪਰ ਜਾ ਰਹੇ ਨੇ? ਇਹ ਤਾਂ ਬਹੁਤ ਦੂਰੋਂ ਆਉਂਦੇ ਜੀ, ਚਿਮਨੇ ਵਾਲਾ, ਚੱਕ ਪੱਖੀ, ਵਾਣ ਵਾਲਾ। ਸਾਡੇ ਪਿੰਡ ਦਾ ਰੇਤਾ ਇੱਥੋਂ ਚੱਕ ਨੀ ਰਹੇ, ਆ ਅੱਗੇ ਚੱਕਦੇ ਸਾ ਟਿੱਬਿਆ ਤੇ ਉਹ ਬਰਾਂ ਨੂੰ ਨੇੜੇ ਪੈਂਦਾ। ਸਾਡੇ ਇੱਥੇ ਨੇੜੇ ਤੇੜੇ ਜਿਹੜੇ 6-7 ਪਿੰਡ ਆ ਨਾ ਜੀ, ਸਾਰੇ ਪਿੰਡਾਂ ਦਾ ਰੇਤਾ ਸਾਡੇ ਸੜਕ ਹੋ ਕੇ ਜਾਂਦਾ ਉੱਥੇ। ਇੱਕ ਕੰਮ ਚੱਲ ਕਿੱਥੇ ਰਿਹਾ ਜੀ? ਆ ਨਾਲ ਹੀ ਚੱਲਦਾ ਤੁਰਕ ਵਾਲੀ ਦੇ, ਆ ਬਾਈਪਾਸ ਬਣੀ ਜਾਂਦਾ ਹੁਣ। ਜਦੋਂ ਇਹ ਰੋਕੇ ਆ 15 ਦਿਨ ਹੋ ਗਏ, ਇਹ ਪੂਰਨ ਪੱਟੀ ਹਬੁੰਨ ਹੋ ਗਏ, ਮੇਨ ਰੋਡ ਚੜ੍ਹ ਕੇ ਤੇ ਵਧੀਆ ਉੱਥੇ ਸਹੀ ਟਾਈਮ ਆਪਦੇ ਪਹੁੰਚ ਜਾਂਦੇ। ਇਹ ਜਾਣ ਕੇ ਧੱਕਾ ਸਹੀ ਕਰਕੇ ਸਾਡੇ ਪਿੰਡਾਂ ਦੋਵਾਂ ਨੂੰ ਖਰਾਬ ਕਰੀ। ਹੁਣ ਕੀ ਫੈਸਲਾ ਕੀ ਲਿਆ ਪਿੰਡਾਂ ਨੇ? ਪਿੰਡਾਂ ਦਾ ਇਹ ਫੈਸਲਾ ਲਿਆ ਵੀ ਅਸੀਂ ਚੱਲਣ ਨੀ ਦੇਣੇ, ਜਾਂ ਸਾਡਾ ਕੋਈ ਨੁਕਸਾਨ ਹੁੰਦਾ ਮਾਲੀ ਨੁਕਸਾਨ ਹੁੰਦਾ ਜ਼ਿੰਮੇਵਾਰੀ ਲੈ ਕੇ ਦੇ ਦੇ, ਫੋਰਸ ਲੈ ਕੇ ਦੇ ਦੇ ਵੀ ਸਾਨੂੰ ਠੀਕ ਹੈ, ਸਾਡੀ ਜ਼ਿੰਮੇਵਾਰੀ ਇਹਦੇ ਚਲਾ ਲਓ। ਹੁਣ ਕੌਣ ਆਇਆ ਪ੍ਰਸ਼ਾਸਨ ਦਾ ਕੋਈ ਗੱਲ? ਮਨਜੀਤ ਸਿੰਘ ਆਇਆ ਜੀ। ਉਹ ਕੀ ਕਹਿ ਰਹੇ ਨੇ ਜੀ? ਉਹਨਾਂ ਦਾ ਕੀ ਕਹਿਣਾ? ਉਹਨਾਂ ਦਾ ਕਹਿਣਾ ਵੀ ਅਸੀਂ ਚਲਾਵਾਂਗੇ, ਧਰਨਾ ਨੀ ਲਾਉਣ ਦਿੰਦੇ, ਧਰਨਾ ਲਾਉਣ ਡੀਸੀ ਦੇ ਲਾਓ, ਕਿਉਂ ਸਾਡਾ ਪਿੰਡ ਅਸੀਂ ਲਾਵਾਂਗੇ ਆਪਦੇ। ਹਾਂ ਬਿਨਾਂ ਹੀ ਆਪਣਾ ਹਫਤਾ ਹੋ ਗਿਆ, ਉਦੋਂ 3 ਬੰਦੇ ਸਾਡੇ ਪਿੰਡ ਦੇ ਲੈ ਗਏ, 200 ਲੈ ਕੇ ਚੱਕ ਕੇ ਧੱਕਾ ਸ਼ਾਹੀ ਨਾ, ਵਿਰੋਧ ਜਿਹੜੇ ਕਰਦੇ ਸੀ। ਹਾਂਜੀ ਹਾਂ, ਕਿਸੇ ਨੇ ਚਲੋ ਵਿਰੋਧੀ ਨੇ ਕਿਸੇ ਨੇ ਨਾਂ ਲਿਖ ਕੇ ਦੇ ਦੇ ਫਲਾਣੇ ਬਲਾਕ ਸਰ, ਫਾਇਦਾ ਸਾਰੇ ਹੀ ਸੀ ਅਸੀਂ, ਪਰ ਮੇਨ ਪਿੰਡਾਂ ਚ ਹੁੰਦੇ ਹੀ ਆ, ਉਹਨਾਂ ਨਾਂ ਲਿਖਦੇ ਉਹਨਾਂ ਤਿੰਨਾਂ ਨੂੰ ਚੱਕ ਲਿਆ ਉਹਨਾਂ ਨੇ। ਹੁਣ ਫੈਸਲਾ ਆਇਆ ਕਿ ਨਹੀਂ ਚੱਲਣ ਦੇਣੇ? ਨਹੀਂ ਚੱਲਣ ਦੇਣੇ ਅਸੀਂ। ਕੀ ਨਾਂ ਜੀ ਆਪਣਾ? ਸਿਮਰਜੀਤ ਸਿੰਘ ਬਰਾੜ ਜੀ। ਹਾਂਜੀ, ਪਿੰਡ ਕਿਹੜੇ ਪਿੰਡ ਤੋਂ ਜੀ? ਜੋੜਕੀ ਕਰਨ ਵਾਲਾ ਸਰਪੰਚ। ਠੀਕ ਜੀ, ਇਹ ਕਿਉਂ ਇਹ ਧਰਨਾ ਲੱਗਿਆ ਹੋਇਆ, ਕਿਉਂ ਇੰਨਾ ਗਰਮਾ ਗਰਮੀ ਵਾਲਾ ਮਾਹੌਲ ਹੈ ਜੀ? ਗਰਮਾ ਗਰਮੀ ਵਾਲਾ ਤਾਂ ਮਾਹੌਲ ਕੋਈ ਨੀਗਾ, ਇਹ ਠੇਕੇਦਾਰ ਆ ਟਿੱਪਰ, ਉਹਦੀ ਮਿੱਟੀ ਲੱਦੀ ਹੋਈ ਆ ਇੱਥੇ, ਮਾਂ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਫਲਾਈਓਵਰ ਜਾਰੀ ਹੈ, ਉਸਾਰੀ ਹੋ ਰਹੀ ਹੈ, ਉਹਦੇ ਸੰਬੰਧੀ ਮਿੱਟੀ ਲਾਗੇ ਬੰਨੇ ਪਿੰਡਾਂ 'ਚ ਲਿਆਉਣੀ ਹੈ ਟਿੱਪਰਾਂ 'ਤੇ। ਅੱਛਾ ਜੀ, ਇਹ ਪਿੰਡ ਵਾਲੇ ਰੋਸ ਕਰਦੇ ਨੇ ਕਿ ਸਾਡਾ ਐਂ ਨੁਕਸਾਨ ਹੁੰਦਾ ਜਾਂ ਐਂ ਹੋ ਗਿਆ ਜੀ, ਇਹੋ ਜਿਹੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ, ਜੇ ਨੁਕਸਾਨ ਕਰੇਗਾ ਤਾਂ ਸੋ ਠੇਕੇਦਾਰ ਭਰੇਗਾ। ਤੁਹਾਡੇ ਨਾਲ ਬਹਿਸ ਹੋ ਰਹੀ ਸੀ? ਕੋਈ ਗੱਲ ਨੀ, ਮੇਰਾ ਆਪਦਾ ਪਰਿਵਾਰ ਬਹਿਸ ਕਰ ਲੈਣ, ਇੱਕ ਵਾਰ ਛੱਡ ਕੇ ਮੇਰੇ ਨਾਲ ਭਾਵੇਂ ਤੇ 1000 ਵਾਰੀ ਕਰ ਲੈਣ, ਮੇਰਾ ਆਪਦਾ ਪਰਿਵਾਰ ਹੈ, ਬਗਾਨਾ ਥੋੜੀ ਹੈ। ਇਹ ਦੋਸ਼ ਲਾ ਰਹੇ ਨੇ, ਕਹਿ ਰਹੇ ਤੁਸੀਂ ਸਕੋਡ ਕਰਕੇ ਗੱਡੀਆਂ ਕਢਾ ਰਹੇ ਹੋ। ਦੋਸ਼ ਇਹੋ ਜੀ ਤਾਂ ਤੁਹਾਡੇ ਕੋਲ ਹੈਗੇ ਆ, ਜ਼ਬਰਦਸਤ ਦਿੰਦੇ ਤੇ ਪੁੱਛ ਲਓ। ਆਹ ਹੁਣ ਗੱਡੀ ਆਪਾਂ ਲੈ ਕੇ ਆਏ, ਸਰਕਾਰੀ ਗੱਡੀ ਲੈ ਕੇ ਆਏ ਆ, ਇਹ ਕਿਸੇ ਦੀ ਪਾਇਲਟ ਨਾ ਕੀਤੀ ਤੇ ਨਾ ਕੋਈ ਕਰੂਗਾ। ਠੀਕ ਹੈ ਜੀ, ਇਹਨਾਂ ਨੇ ਧਰਨਾ ਦਿੱਤਾ, ਮੈਂ ਤਾਂ ਧਰਨੇ ਸੰਬੰਧੀ ਆਇਆ ਇਹਨਾਂ ਕੋਲ। ਤੇ ਹੁਣ ਠੇਕੇਦਾਰ ਨਾਲ ਗੱਲ ਹੋਈ ਹੈ ਜਿਹੜੀ ਟਿੱਪਰ ਵਾਲੇ? ਠੇਕੇਦਾਰਾਂ ਨੇ ਕਿਤੇ ਬੈਠ ਕੇ ਟੇਬਲ ਟਾਕ ਗੱਲ ਕਰਵਾਉਣ, ਜੋ ਇਹਨਾਂ ਦੀ ਸ਼ਰਤਾਂ ਨੇ ਤੇ ਸ਼ਰਤਾਂ ਠੇਕੇਦਾਰ ਮੰਨਦਾ ਹੈ ਤਾਂ ਕੰਮ ਜਾਰੀ ਰੱਖੇਗਾ, ਹੋਰ ਕੋਈ ਐਂ ਸਰਕਾਰ ਦੇ ਕੰਮ ਚ ਵਿਘਨ ਨਾ ਕੋਈ ਪਾ ਸਕਿਆ ਤੇ ਨਾ ਕੋਈ ਪਾਵੇਗਾ। ਜੇ ਪਾਵੇਗਾ ਤਾਂ ਭਾਈ ਉਹਦੇ ਬਰਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਬਾਈਪਾਸ ਬਣ ਕਿੱਥੇ ਰਿਹਾ ਜੀ? ਆਹ ਸ੍ਰੀਮਾਨ ਜੀ ਜਿਹੜਾ ਭਾਰਤ ਮਾਲਾ ਵਾਲਾ। ਅੱਛਾ, ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੇ ਵੱਲੋਂ ਜਿਹੜੇ ਇੱਥੇ ਟਿੱਪਰ ਟਪਾਏ ਗਏ ਸੀ ਉਹ ਕਿਹਨਾਂ ਦੇ ਹੁਕਮਾਂ ਦੇ ਦੌਰਾਨ ਜਿਹੜੇ ਟਿੱਪਰ ਉੱਥੇ ਟਪਾਏ ਗਏ? ਨਹੀਂ, ਅੱਜ ਤੋਂ ਕੋਈ ਟਿੱਪਰ ਨਹੀਂ ਟੱਪਿਆ, ਕੋਈ ਕੁਛ ਨਾ, ਟਿੱਪਰ ਖੜਿਆ, ਟਿੱਪਰ ਖੜਿਆ, ਖਾਲੀ ਖਾਲੀ ਟਿੱਪਰ ਨੇ, ਖਾਲੀ ਟਿੱਪਰਾਂ ਨੇ, ਆਖਿਰਕਾਰ ਤਾਂ ਰੋਡ ਤੇ ਚੱਲਣਾ, ਉਹ ਕਿਤੇ ਖੇਤਾਂ ਵਿੱਚ ਤਾਂ ਜਾਣਾ ਨੀਗਾ। ਨਹੀਂ, ਇਹਨਾਂ ਦੇ ਚੱਲਣਗੇ, ਇਹਨਾਂ ਦਾ ਕਹਿਣਾ ਕਿ ਮੇਨ ਸੜਕ ਦੂਸਰੀ ਲੱਗਦੀ ਹੈ, ਪਰ ਇਹ ਫਿਰ ਵੀ ਸੜਕ ਦੇਖੋ ਜਿੱਥੋਂ ਕਿਸੇ ਨੂੰ ਕੋਈ ਛੋਟਾ ਹੈ ਜਾਂ ਜੋ ਹੈ ਵੀ ਇਹ ਰੋਕ ਕੋਈ ਨਹੀਂ ਸਕਦਾ, ਇਹ ਤਾਂ ਐਵੇਂ ਇੱਕ ਫਜ਼ੂਲੀ ਹੈ, ਧੱਕੇਸ਼ਾਹੀ ਹੈ।
ਚਾਹੇ ਠੇਕੇਦਾਰਾਂ ਦੀ ਸਮਝ ਲਓ, ਚਾਹੇ ਇਹਨਾਂ ਦੀ ਸਮਝ ਲਓ, ਇਵੇਂ ਹਰ ਇੱਕ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ ਹੁੰਦਾ। ਬੈਠ ਕੇ ਟੇਬਲ ਟਾਕ ਗੱਲਾਂ ਨਾਲ, ਟੇਬਲ ਟਾਕ ਬੈਠ ਕੇ ਗੱਲਬਾਤ ਜੋ ਇਹਨਾਂ ਦੀ ਸ਼ਰਤਾਂ ਨੇ ਦੱਸਣ, ਉਹਨੂੰ ਠੇਕੇਦਾਰ ਨੂੰ ਮਨਜ਼ੂਰ ਹੋਇਆ ਤਾਂ ਭਾਈ ਉਹ ਆਪਦਾ ਕਾਰਵਾਈ ਕਰ ਲੂਗਾ, ਨਾ ਹੀ ਤਾਂ ਫਿਰ ਆਪਦਾ ਬੈਠੇ ਨੇ। ਹੁਣ ਕੋਈ ਗੱਲਬਾਤ ਹੋਈ ਹੈ ਤੁਹਾਡੀ ਇਹਨਾਂ ਦੀ? ਨਹੀਂ ਜੀ, ਇਹ ਕਹਿੰਦੇ ਧਰਨਾ ਐਵੇਂ ਜਾਰੀ ਰੱਖਾਂਗੇ, ਮੈਂ ਕੋਈ ਨਹੀਂ ਮੈਂ ਅਫਸਰਾਂ ਦੇ ਲਿਆਉਣਾ ਧਿਆਨ 'ਚ। ਜਾਮ ਹੀ ਕੀਤਾ ਹੋਇਆ ਜੀ ਰੋਡ ਜੀ? ਨਹੀਂ, ਇੱਕ ਅੱਧ ਸੜਕ ਹੀ ਆ, ਜਾਮ ਤਾਂ ਕਰ ਲੈਣਗੇ, ਫਿਰ ਕੀ ਆ, ਇਹਨਾਂ ਦਾ ਰਾਈਟ ਆ ਜੋ ਜਾਮ ਕਰ ਲੈਣ ਕਰਦੇ ਨੇ। ਤੁਹਾਡੇ ਚੀਜ਼ ਦਾ ਮਸਲਾ ਹੱਲ, ਟੇਬਲ 'ਤੇ ਬੈਠ ਕੇ ਹੁੰਦਾ ਹੁੰਦਾ, ਠੇਕੇਦਾਰ ਬੁਲਾਇਆ ਇਹਨਾਂ ਨੇ ਕਈ ਵਾਰੀ ਬੁਲਾਇਆ, ਜੇਕਰ ਇਹ ਜਾਂਦੇ ਨਹੀਂ, ਇਹ ਕਦੇ ਕਹਿੰਦੇ ਨਹੀਂ ਸਾਡਾ ਫਲਾਣਾ ਨਹੀਂ ਆਇਆ, ਕਦੀ ਉਹ ਨਹੀਂ ਆਇਆ। ਹੁਣ ਫਰਦਰ ਕਾਰਵਾਈ ਕਿਸ ਤਰ੍ਹਾਂ ਦੀ ਰਹੇਗੀ ਜੀ? ਕੋਈ ਗੱਲ ਨਹੀਂ, ਦੇਖਦੇ ਹਾਂ ਅੱਗੇ ਕੀ ਹੁੰਦਾ। ਠੀਕ ਹੈ, ਹਾਂਜੀ ਆਪਣਾ? ਮੇਰਾ ਨਾਮ ਸ਼ਮਿੰਦਰ ਸਿੰਘ। ਅੱਛਾ, ਕੀ ਮਸਲਾ ਕੀ ਹੈ ਜੀ? ਇਹ ਦੋ ਪਿੰਡਾਂ ਦਾ ਮਸਲਾ ਜੀ, ਸਿੰਗਰ ਰੋਡ ਹੈ ਇਹ, ਠੀਕ ਹੈ, ਨਾਲ ਇਹ ਖੱਡੇ ਮਾਰੀ ਜਾਂਦੇ ਆ, ਬੱਚਿਆਂ ਨੇ ਆਉਣਾ ਹੁੰਦਾ ਪਿੰਡ, ਸਿੰਗਰ ਰੋਡ ਹੈ, ਸਿੰਗਰ ਰੋਡ ਤੋਂ ਟਪਾ ਰਹੇ ਆ, ਨਾ ਉੱਤੋਂ ਇਹ ਢੱਕਦੇ ਆ, ਬੱਚਿਆਂ ਦੇ ਮੂੰਹ ਸਿਰ ਮਿੱਟੀ ਪਈ ਜਾਂਦੀ ਹੈ ਜੀ, ਨਾ ਕੋਈ ਬਜ਼ੁਰਗ ਜਾ ਸਕਦਾ, ਹਾਂਜੀ, ਅਤੇ ਸੜਕ ਸਾਰੀ ਤੋੜੀ ਜਾਂਦੇ ਆ, ਨਾਲ ਖੱਡੇ ਪਈ ਜਾਂਦੇ ਆ, ਸੜਕ ਦੇ ਸਿੰਗਲ ਸੜਕ ਹੈ ਜੀ। ਕੋਈ ਗੱਲਬਾਤ ਹੋਈ ਇਹਨਾਂ ਨਾਲ ਜੀ? ਗੱਲਬਾਤ ਹੁਣ ਆਏ ਆ ਜੀ, ਕਰਦੇ ਹਾਂ। ਅਤੇ ਹੁਣ ਤੁਸੀਂ ਕੀ ਧਰਨਾ ਲਾਇਆ ਸੀ? ਅਸੀਂ ਧਰਨਾ ਲਾਇਆ ਜੀ। ਅੱਛਾ, ਅਸੀਂ ਇੱਧਰ ਦੀ ਰੋਕਿਆ ਸੀ ਕਿ ਪ੍ਰਧਾਨ ਮੰਤਰੀ ਯੋਜਨਾ ਦੂਜੀ ਸੜਕ ਹੈ ਡਬਲ, ਉੱਧਰ ਦੀ ਜਾਓ, ਪਰ ਇਹ ਠੇਕੇਦਾਰ ਧੱਕਾ ਕਰ ਰਿਹਾ ਜੀ। ਇਹ ਟਿੱਪਰ ਜਾ ਕਿੱਥੇ ਰਹੇ ਨੇ, ਕੰਮ ਕਿੱਥੇ ਚੱਲ ਰਿਹਾ? ਇਹ ਚੱਲ ਰਿਹਾ ਜੀ ਪੰਚਾਂ ਵਾਲੀ। ਕੀ ਉੱਥੇ ਕੀ ਬਣ ਰਿਹਾ? ਐਨ ਐਚ ਏ ਵਾਲਿਆਂ ਦਾ ਸੜਕ ਬਣੀ ਜਾਂਦੀ ਹੈ ਜੀ, ਇਹ ਨੈਸ਼ਨਲ ਰੋਡ, ਉਹ 'ਤੇ ਜਾ ਰਿਹਾ, ਇਹਨਾਂ ਮੇਨ ਰੋਡ ਛੱਡ ਕੇ ਪਿੰਡਾਂ ਦੇ ਵਿੱਚ ਦੀ ਜਾਣ ਕੇ ਲਿਆਉਂਦੇ ਜੀ। ਇਹ ਕਿੱਥੋਂ? ਇਹ ਅੰਨੇ ਵਾਲੀ ਜੌੜਕੀ ਤੋਂ ਆਈ ਜਾਂਦੀ ਹੈ ਜੀ, ਉੱਥੋਂ ਇਹ ਚੱਕਵਾਨ ਵਾਲਾ ਪੂਰਨ ਪੱਟੀ ਮੇਨ ਰੋਡ ਨਹੀਂ ਲਿਆਉਂਦੇ, ਮਲੋਟ ਰੋਡ, ਇਹ ਉਲਟਾ ਉੱਥੋਂ ਜੀ ਆਪਣੇ ਚੱਕਵਾਨ ਵਾਲੇ ਤੋਂ ਪਿੰਡਾਂ ਵਿੱਚ ਦੀ ਇੱਧਰ ਦੀ ਲਿਆਉਂਦੇ ਜੀ। ਇਹ ਪਰੇਸ਼ਾਨੀ ਕਿੰਨੀ ਕੁ ਜ਼ਿਆਦਾ? ਪਰੇਸ਼ਾਨੀ ਹੈ ਸਾਰੀ ਜੀ ਇਹਦੀ, ਬੱਚਿਆਂ ਦਾ ਅਸੀਂ ਤਾਂ ਡਰਦੇ ਰਹਿੰਦੇ, ਨਿੱਕੇ ਬੱਚੇ, ਫਿਰ ਉੱਤੋਂ ਇਹਨੂੰ ਢੱਕਦੇ ਨਹੀਂ, ਸੜਕ ਦੇ ਨਾਲ ਖੱਡੇ, ਬਜ਼ੁਰਗ, ਉਹਦੇ ਇੱਕ ਬਜ਼ੁਰਗ 'ਚ ਵੱਜ ਜਾਣਾ ਸੀ। ਇਸ ਗੱਲ ਨੂੰ ਲੈ ਕੇ ਤੁਸੀਂ ਕੋਈ ਅਫਸਰ ਵਗੈਰਾ ਕੋਲ ਪਹੁੰਚੇ? ਮਿਲੇ ਹਾਂ ਜੀ, ਅਸੀਂ ਮਿਲੇ ਹਾਂ, 20 ਦਿਨ ਹੋ ਗਏ ਇਸੇ ਕੰਮ 'ਚ ਹੀ ਲੱਗੇ ਖੜੇ ਹਾਂ। ਕਿਹਨੂੰ ਮਿਲੇ ਸੀ ਜੀ? ਸਾਰਾ ਇਹ ਖੜੇ ਜੀ, ਮਲਕੀਤ ਸਿੰਘ, ਇਹਨਾਂ ਨੂੰ ਹੀ ਮਿਲ ਕੇ ਆਏ ਹਾਂ, ਇਹਨਾਂ ਸਾਰੀ, ਇਹਨਾਂ ਸਾਡੇ 'ਤੇ ਐਪਲੀਕੇਸ਼ਨ ਦਿੱਤੀ ਸੀ ਠੇਕੇਦਾਰ ਨੇ, ਇਹਨਾਂ ਨੂੰ ਹੀ ਮਿਲ ਕੇ ਆਏ ਹਾਂ ਅਸੀਂ। ਇਹ ਕਿੰਨੀ ਦੇਰ ਤੋਂ ਜਿਹੜਾ ਧਰਨਾ ਚੱਲ ਰਿਹਾ ਜੀ? ਇਹ ਧਰਨਾ ਹੁਣ ਹੀ ਲਾਇਆ ਜੀ, ਅੱਗੇ ਵੀ ਇੱਕ ਦਿਨ ਲਾਇਆ ਸੀਗਾ, ਉਦੋਂ ਰੋਕੇ ਸੀਗੇ ਵੀ ਜੇ ਸਾਡੇ ਬੱਚੇ ਦਾ ਨੁਕਸਾਨ ਨਾ ਹੋ ਜੇ, ਵਹਿਨਾ ਹੁੰਦੀਆਂ, ਕੋਈ ਵਹਿਣ ਦੁਰਘਟਨਾ ਨਾ ਹੋ ਜੇ, ਤੇ ਹੱਲ ਨਹੀਂ ਹੋਇਆ ਕੋਈ ਗੱਲ? ਕੋਈ ਹੱਲ ਨਹੀਂ ਹੋਇਆ ਜੀ, ਧੱਕਾ ਹੋਈ ਜਾਂਦਾ ਜੀ। ਹੁਣ ਕੀ ਡਿਮਾਂਡ ਕੀ ਹੈ ਹੁਣ ਤੁਹਾਡੀ? ਡਿਮਾਂਡ ਇਹ ਜੀ, ਸਾਡੇ ਪਿੰਡ ਵਿੱਚ ਦੀ ਨਾ ਟੱਪਣ ਇੱਥੋਂ ਦੀ, ਸਾਡੀ ਤਾਂ ਇਹ ਡਿਮਾਂਡ ਹੈ, ਉਹ ਭਾਰਤ ਮੰਤਰੀ ਯੋਜਨਾ ਵਾਲੀ ਸੜਕ ਆ, ਉਹ ਸੜਕ ਆਪਦਾ ਟਪਾ ਲੈਣੀ, ਹਾਂ ਡਬਲ ਸੜਕ ਹੈ ਜੀ।